चलाना सीख के करो कमाइयां। 2020 CDL ड्राइविंग स्कूल फ्रेडरिक्सबर्ग वर्जीनिया विखे जिथे CDL क्लास ए बी ते पी दी ट्रेनिंग कार्स बसेस बॉक्स ट्रक कमर्शियल ट्रैक्टर ट्रेलर भी चलाने सिखाए जाते ने। इथे ना सिर्फ पंजाबी हिंदी अंग्रेजी उर्दू ते स्पेनिश विच गलबात करन दी सहूलत है सगो रिहायश दा भी प्रबंध है। अज ही संपर्क करो सनी नू 540-656-09-85 ते। नकली दवाइयां दे रहे कोपरियां ते परचा दर्ज करो। कीड़ेदार नकली दवाइयां दे रहे कोपरियां ते परचा दर्ज करो। चन्नी सरकार मुर्दाबाद। चन्नी सरकार मुर्दाबाद। नकली बीज ते कंपनियां दी सपोर्ट करने वाली चन्नी सरकार मुर्दाबाद। सत श्री अकाल जी, अज असीं गल कर रहे हैं कि मालवा कॉटन बेल्ट की गल कर रहे हैं जिते कि गुलाबी सुंडी ने जिहड़ा नरमे नूं नुकसान पहुँचाया हैगा। किसान जिहड़े हैगे बड़े परेशान है, काफ़ी उन्होंने जिहड़ा उस उत्ते खर्चा होया गा उस नूं लैके जिहड़ा अज किसानां दे वल्लों अज DC साहब नूं एक मंग पत्र दिता जा रहा है कि उन्होंने गलबात करते हैं। हाँ जी, सत श्री अकाल जी। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਹਾਂਜੀ, ਅੱਜ ਡੀਸੀ ਸਾਹਿਬ ਕੋਲ ਤੁਸੀਂ ਆਏ ਹੋ ਮੰਗ ਪੱਤਰ ਦੇ। ਹਾਂਜੀ, ਜੋ ਆਪਣੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦਾ ਵੱਡੀ ਪੱਧਰ 'ਤੇ ਨੁਕਸਾਨ ਹੋ ਰਿਹਾ, ਇਸ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਦੀ ਅਗਵਾਈ ਦੇ ਵਿੱਚ ਡੈਪੂਟੇਸ਼ਨ ਕਿਸਾਨਾਂ ਦਾ ਮਿਲ ਰਿਹਾ। ਕਿਸਾਨਾਂ ਦੀਆਂ ਪਿੰਡਾਂ 'ਚੋਂ ਲਿਸਟਾਂ ਬਣਾ ਕੇ ਲੈ ਕੇ ਆਏ ਕਿ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਗੁਲਾਬੀ ਸੁੰਡੀ ਪਈ ਆ, ਇਹ ਗੁਲਾਬੀ ਸੁੰਡੀ ਨੇ ਬਹੁਤ ਵੱਡੀ ਪੱਧਰ 'ਤੇ ਕਿਸਾਨਾਂ ਦਾ ਨੁਕਸਾਨ ਕੀਤਾ। ਹਜ਼ਾਰਾਂ ਏਕੜਾਂ ਜਿਹੜੇ ਕਿਸਾਨਾਂ ਨੇ ਨਰਮੇ ਤੋਂ ਪਹਿਲਾਂ ਵਾਹਤਾ। ਸਰਕਾਰ ਨੇ ਵੀ ਕਿਹਾ ਕਿ ਅਸੀਂ ਫੌਰੀ ਗੁਰਦੌਰੀ ਕਰਕੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇ। ਸਾਡੀ ਮੰਗ ਆ ਕਿ ਫੌਰੀ ਗੁਰਦੌਰੀ ਨੂੰ ਅਮਲੀ ਰੂਪ 'ਚ ਲਿਆਂਦਾ ਜਾਵੇ ਅਤੇ ਜਿਨ੍ਹਾਂ ਕੰਪਨੀਆਂ ਨੇ ਨਕਲੀ ਬੀਜ ਅਤੇ ਨਕਲੀ ਸਪਰੇਅ ਦਿੱਤੀ ਆ ਉਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ। ਨਾਲ ਹੀ 50,000 ਪ੍ਰਤੀ ਏਕੜ ਕਿਸਾਨ ਨੂੰ ਜਿਹੜਾ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ। 25,000 ਰੁਪਇਆ ਜਿਹੜਾ ਇੱਕ ਪਰਿਵਾਰ ਦਾ ਜਿਹੜਾ ਮਜ਼ਦੂਰ ਆ ਉਹਨੂੰ ਮਿਲਣਾ ਚਾਹੀਦਾ। ਇਹਨਾਂ ਮੰਗਾਂ ਲੈ ਕੇ ਅੱਜ DC ਬਠਿੰਡਾ ਨੂੰ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਕਿਰਤੀ ਕਿਸਾਨ ਨੂੰ। ਜੇ ਗੱਲ ਕਰੀਏ ਕੰਪਨੀਆਂ ਦੀ ਗੱਲ ਕਰੀਏ ਜਾਂ ਸਪਰੇਅ ਦੀ ਗੱਲ ਕਰੀਏ ਜਾਂ ਬੀਆਂ ਦੀ ਗੱਲ ਕਰੀਏ, ਕੀ ਲੱਗਦਾ ਕੀ ਹੈ ਕਿ ਸਰਕਾਰਾਂ ਉਹਨਾਂ ਕੰਪਨੀਆਂ 'ਤੇ ਕਾਰਵਾਈ ਕਰਨਗੀਆਂ? ਦੇਖੋ, ਕੰਪਨੀਆਂ 'ਤੇ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ? ਜਿਹੜੀਆਂ ਕੰਪਨੀਆਂ ਤੋਂ ਕਰੋੜਾਂ ਰੁਪਇਆ ਪਾਰਟੀ ਫੰਡ ਲੈਂਦੀਆਂ ਉਹਨਾਂ ਕੰਪਨੀਆਂ 'ਤੇ ਕੋਈ ਕਾਰਵਾਈ ਨਹੀਂ ਕਰਦੀ। ਕਿਸਾਨਾਂ ਤੋਂ ਜਦੋਂ ਵੋਟਾਂ ਲੈਂਦੇ ਹੁੰਦੇ, ਕਿਸਾਨਾਂ ਨੂੰ ਛੋਟੇ ਛੋਟੇ ਲਾਰਿਆਂ ਦੇ ਵਿੱਚ ਭੰਬਾ ਕੇ ਪਿੰਡਾਂ ਦੇ ਘੜਾ ਮਚੌਧਰੀਆਂ ਰਾਹੀਂ ਵੋਟਾਂ ਲੈ ਲੈਂਦੇ ਆ। ਜੇ ਸਰਕਾਰ ਸੱਚੀ ਮੁੱਖ ਮੰਤਰੀ ਲੋਕਾਂ ਦਾ, ਦਲਤਾਂ ਦਾ, ਮਜ਼ਦੂਰਾਂ ਦਾ, ਉਹ ਪਹਿਲਾਂ ਕੰਮ ਇਹ ਕਰਕੇ ਦਿਖਾ ਕੇ ਕਿ ਜਿਹੜੀ ਕੰਪਨੀ ਨੇ ਬੀਜ ਦਿੱਤਾ, ਜਿਹੜੀ ਕੰਪਨੀ ਨੇ ਦਵਾਈ ਦਿੱਤੀ ਆ, ਉਹ 'ਤੇ ਪਰਚਾ ਦਰਜ ਕਰੇ ਮਿਲਾਵਟਖੋਰੀ ਦਾ, ਅਤੇ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਸਾਰੇ ਦਾ ਸਾਰਾ ਉਸ ਕੰਪਨੀ ਤੋਂ ਵਸੂਲਿਆ ਜਾਵੇ। ਜੇ ਇਹਦੇ ਨਾਲ ਗੱਲ ਕਰੀਏ ਤਾਂ ਜੇ ਸਰਕਾਰ ਦੇ ਜਿਹੜੇ ਕੁਝ ਕੁ ਮਹੀਨੇ ਰਹਿ ਗਏ ਆ, 2.5-3 ਮਹੀਨੇ ਰਹਿ ਗਏ ਹੈਗੇ ਆ, ਕੀ ਲੱਗਦਾ ਹੈਗਾ ਕਿ ਸਰਕਾਰ ਜਿਹੜੇ ਕਿਸਾਨਾਂ ਨੂੰ ਜਿਹੜਾ ਖਰਚਾ ਦੇ ਦੇਗੀ? ਜੇ ਸਰਕਾਰ ਸੱਚੀ ਮੁੱਚੀ ਚਾਹੇ 3 ਮਹੀਨੇ ਤਾਂ ਬਹੁਤ ਆ, ਮਹੀਨਾ ਤਾਂ ਇੱਕ ਹੀ ਹੁੰਦਾ। ਸਾਰਿਆਂ ਨਾਲੋਂ ਪਹਿਲਾਂ ਕੰਪਨੀ 'ਤੇ ਪਰਚਾ ਦਰਜ ਕਰੇ, ਪਰਚਾ ਦਰਜ ਕਰਕੇ ਕੰਪਨੀ ਦੀ ਜਾਇਜ਼ਾਦ ਜ਼ਬਤ ਕਰੇ, ਫਿਰ ਕੰਪਨੀ ਤੋਂ ਸਾਰਾ ਜਿੰਨਾ ਕਿਸਾਨਾਂ ਦਾ ਨੁਕਸਾਨ ਉਹਦਾ ਮੁਆਵਜ਼ਾ ਵਸੂਲਿਆ ਜਾਵੇ। ਇਕੱਲਾ ਕਿਸਾਨ ਨਹੀਂ ਮਰਦਾ, ਕਿਸਾਨ ਦੇ ਨਾਲ 10 ਪਰਿਵਾਰ ਹੋਰ ਮਰਦੇ ਆ, ਸੌਦੇ ਵਾਲਾ ਮਰਦਾ, ਡਾਕਟਰ ਮਰਦਾ, ਕੱਪੜੇ ਵਾਲਾ ਮਰਦਾ, ਯਾਨੀ ਕਿ ਉਹਦੇ ਨਾਲ ਇੱਕ ਪਰਿਵਾਰ ਹੁੰਦਾ, ਉਹ ਪਰਿਵਾਰ ਮਰਦਾ। ਜੇ ਕੋਈ ਬੰਦੇ ਨੂੰ ਪਰਿਵਾਰ ਮਾਰ ਲਏ ਹੋਵੇ ਤਾਂ ਉਹ 'ਤੇ ਪਰਚਾ ਦਰਜ ਹੁੰਦਾ। ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਨੇ ਜਿਹੜਾ ਪਿਛਲੇ ਦਿਨ ਜਿਹੜਾ ਆ ਕੇ ਬਠਿੰਡੇ ਦਾ ਦੌਰਾ ਕੀਤਾ ਸੀ, ਨਰਮੇ ਦਾ ਗੁਲਾਬੀ ਸੁੰਡੀ ਲੈ ਕੇ, ਉਸ ਨੂੰ ਕਿਸ ਨਜ਼ਰੀਏ ਦੇਖਦੇ ਹੋ? ਦੇਖੋ, ਮੁੱਖ ਮੰਤਰੀ ਆ, ਮੁੱਖ ਮੰਤਰੀ ਦਾ ਫਰਜ਼ ਆ, ਕੋਈ ਨਵੀਂ ਗੱਲ ਨਹੀਂ। ਜਦੋਂ ਅਸੀਂ ਲੋਕਾਂ ਨੇ ਚੁਣਿਆ, ਲੋਕਾਂ ਦੇ ਦਰਦਾਂ ਦੀ ਗੱਲ ਮੁੱਖ ਮੰਤਰੀ ਨੇ ਕਰਨੀ ਹੈ। ਜੇ ਖੇਤਾਂ 'ਚ ਆਇਆ, ਖੇਤਾਂ 'ਚ ਆਏਦਾ ਤਾਂ ਫਾਇਦਾ ਹੋਊ ਕਿ ਜਿਹੜੀਆਂ ਕੰਪਨੀਆਂ ਨੇ ਬੀਜ ਅਤੇ ਸਪਰੇਅ ਮਾੜੀ ਦਿੱਤੀ ਆ, ਜੇ ਉਹਨਾਂ 'ਤੇ ਪਰਚਾ ਦਰਜ ਹੁੰਦਾ ਫਿਰ ਤਾਂ ਅਸੀਂ ਮੰਨ ਲੈ ਕਿ ਮੁੱਖ ਮੰਤਰੀ ਨੇ ਸਾਡੇ ਜਾਖਮਾਂ 'ਤੇ ਮੱਲ ਮਲਾਈ ਆ, ਅਤੇ ਜੇ ਨਹੀਂ ਤਾਂ ਇਹਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਵਕਤੀ ਤੌਰ 'ਤੇ ਸਾਡੇ ਜਿਹੜਾ ਫੱਟ 'ਤੇ ਹੱਥ ਧਰ ਕੇ ਇਹ ਕਹਿ ਗਿਆ ਕਿ ਭਾਈ ਇੰਨਾ ਕੁ ਫੱਟ ਨੂੰ ਰੋਕ ਲਓ, ਗਾਹਾਂ ਨਾ ਇਹ ਚੌੜਾ ਹੋਵੇ। ਅਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਪਿਛਲੇ ਦਿਨੀ ਜਿਹੜਾ ਮੁੱਖ ਮੰਤਰੀ ਨੇ ਜਿਹੜਾ ਬਠਿੰਡੇ ਏਰੀਏ ਦੇ ਵਿੱਚ ਨਾ ਗੁਲਾਬੀ ਸੁੰਡੀ ਨੂੰ ਲੈ ਕੇ ਜਿਹੜਾ ਸਰਵਾ ਕੀਤਾ ਸੀਗਾ, ਜੇ ਤੁਰੰਤ ਜਿਹੜਾ ਕਿ ਕੰਪਨੀਆਂ ਦੇ ਉੱਤੇ ਪਰਚਾ ਕਰਦਾ ਹੈਗਾ ਤਾਂ ਉਹਨਾਂ ਨੂੰ ਕਾਫੀ ਜਿਹੜਾ ਵਿਸ਼ਵਾਸ ਮਿਲੇਗਾ। ਮੈਂ ਸੁਖਮੰਦਰ ਸਿੰਘ, ਰੇਡੀਓ ਪੰਜਾਬ ਟੂਡੇ, ਬਠਿੰਡਾ।